ਅੱਜ ਵਾਰਡ ਨੰਬਰ 64 ਵਿੱਚ ਭਾਜਪਾ ਨੇਤਰੀ ਮੀਨੂ ਸਹਿਗਲ ਦੀ ਅਗਵਾਈ ਵਿੱਚ ਇੱਕ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਉਹ ਪਹੁੰਚੇ ਨੇ ਤਾਂ ਗੱਲਬਾਤ ਕਰ ਲੈਂਦੇ ਹਾਂ। ਸੰਧੂ ਸਾਹਿਬ, ਕਿਸਾਨ ਦਾ ਹੁੰਗਾਰਾ ਮਿਲਿਆ ਖਾਸ ਕਰਕੇ ਮਹਿਲਾਵਾਂ ਦਾ? ਦੇਖੋ, ਸਾਡੀਆਂ ਮਹਿਲਾਵਾਂ, ਸਾਡੀਆਂ ਭੈਣਾਂ ਤੇ ਮਾਵਾਂ, ਹਰ ਫੈਮਿਲੀ ਦੀ ਬੜੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਜਿਸ ਤਰ੍ਹਾਂ ਕਦੀ ਹਾਕੀ ਖੇਡੀ ਆ, ਹਾਕੀ 'ਚ ਇੱਕ ਸੈਂਟਰ ਹਾਫ ਦਾ ਰੋਲ ਬਹੁਤ ਕ੍ਰਿਟੀਕਲ ਹੁੰਦਾ। ਉਹ ਸਾਰੀ ਖੇਡ ਖਿਡਾਉਂਦੇ ਨੇ ਲੇਕਿਨ ਆਪ ਨਹੀਂ ਗੋਲ ਕਰਦੇ। ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੀਆਂ ਭੈਣਾਂ ਇੱਥੇ ਸਟਾਰਟਅਪ ਲਈ ਵੀ ਤਿਆਰ ਨੇ ਅਤੇ ਅਸੀਂ ਇਹਨਾਂ ਦੇ ਘਰਾਂ 'ਚ ਇਨਕਮਾਂ ਵਧਾਉਣੀਆਂ, ਇਹਨਾਂ ਦੀਆਂ ਹੋਰ ਵੀ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਵਾਵਾਂਗੇ ਅਤੇ ਪ੍ਰਾਇਓਰਿਟੀ ਦੇ ਲਵਾਂਗੇ। ਪੰਜਾਬ ਦਾ ਨੌਜਵਾਨ ਸਿਰ ਲਗਾਤਾਰ ਬਾਹਰ ਦਾ ਰੁੱਖ ਕਰ ਰਿਹਾ, ਇੱਥੇ ਕੋਈ ਗੱਲਬਾਤ ਨਹੀਂ ਨਜ਼ਰ ਆ ਰਹੀ। ਤੁਹਾਨੂੰ ਨੌਜਵਾਨ ਜਿਹੜਾ ਬਾਹਰ ਜਾ ਰਿਹਾ ਅਤੇ ਅਸੀਂ ਤਾਂ ਕਹਿ ਰਹੇ ਹਾਂ, ਤੁਸੀਂ ਲੋਕਾਂ ਨੂੰ, ਬੱਚਿਆਂ ਨੂੰ ਸਮਝਾਓ, ਵਾਰ ਵਾਰ ਇਹੋ ਹੀ ਕਹਿ ਰਹੇ ਹਾਂ ਕਿ ਅੰਮ੍ਰਿਤਸਰ ਦੀ ਵਿੱਦਿਆ ਡਿਗਰੀ ਦੀ ਨਹੀਂ, ਸਕਿੱਲ ਦੀ ਹੋਣੀ ਚਾਹੀਦੀ ਕਿ ਬੱਚੇ ਇੱਥੇ ਪੜ੍ਹਨ ਅਤੇ ਉਹਨਾਂ ਨੂੰ ਇੱਥੇ ਨੌਕਰੀਆਂ ਮਿਲਣ। ਦੇਖੋ, ਇੱਥੇ ਤਾਂ ਰੋਜ਼ ਹੀ ਗੋਲੀ ਚੱਲਦੀ ਹੈ, ਤੁਹਾਨੂੰ ਪਤਾ ਆ ਲੋਅ ਐਂਡ ਆਰਡਰ ਦੀ ਕਿੰਨੀ ਮੁਸੀਬਤ ਹੈ। ਸਾਡੇ ਸਾਰੇ ਭਰਾਵਾਂ ਭੈਣਾਂ ਨੂੰ ਮੈਂ ਤਾਂ ਵਾਰ ਵਾਰ ਕਹਿ ਰਿਹਾ, ਜਿਹੜਾ ਤੁਸੀਂ ਗੱਲ ਦੱਸ ਰਹੇ ਹੋ ਉਹ ਹੀ ਵਾਪਸ ਪ੍ਰੂਵ ਕਰ ਰਹੇ ਹੋ ਕਿ ਲੋਅ ਐਂਡ ਆਰਡਰ ਦੀ ਪ੍ਰਾਇਓਰਿਟੀ ਦੇਣ ਦੀ ਲੋੜ ਹੈ। ਜਿਹੜੀ ਸਰਕਾਰ ਹੈ, ਜਿਹੜੇ ਇੱਥੇ ਐਮ ਪੀ ਸਾਹਿਬ ਨੇ, ਉਹਨਾਂ ਨੂੰ ਫੋਕਸ ਕਰਨ ਦੀ ਜ਼ਰੂਰਤ ਹੈ। ਇਹਦੇ 'ਤੇ ਕਰਨਾ ਚਾਹੀਦਾ ਸੀ, ਇਹ ਤਾਂ 10 ਸਾਲ ਪਹਿਲਾਂ ਠੀਕ ਹੋ ਜਾਣਾ ਚਾਹੀਦਾ ਸੀ। ਅਗਰ ਨਹੀਂ ਹੋਇਆ ਤਾਂ ਉਹ ਵੀ ਇੱਕ ਪ੍ਰਾਇਓਰਿਟੀ ਏਰੀਆ ਮਿਡਲੀ, ਮੈਂ ਵਾਰ ਵਾਰ ਉਹਦੇ 'ਤੇ ਬੋਲਦਾ। ਮੇਰਾ ਨਾਮ ਭਾਗਿਆ ਸਹਿਗਲ, ਯੁਵਾ ਮੋਰਚਾ ਉਪਾਧਿਅਕਸ਼। ਅੱਜ ਵਾਰਡ ਨੰਬਰ 64 ਦੇ ਵਿੱਚ ਸ਼੍ਰੀਮਤੀ ਮੀਨੂ ਸਹਿਗਲ ਅਤੇ ਦੀਪਕ ਸਹਿਗਲ ਦੀ ਅਗਵਾਈ ਹੇਠ ਵਾਰਡ ਨੰਬਰ 64 ਵਿੱਚ ਇੱਕ ਹੁੰਮਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਿਲਾਵਾਂ ਅਤੇ ਜੈਂਟਸ ਨੇ, ਸਾਰਿਆਂ ਨੇ ਅੱਜ ਬਹੁਤ ਵੱਡਾ ਸਮਰਥਨ ਦਿੱਤਾ ਹੈ ਸਾਡੇ ਐਮ ਪੀ ਕੈਂਡੀਡੇਟ ਤਰਨਜੀਤ ਸਿੰਘ ਸਮੁੰਦਰੀ ਜੀ ਨੂੰ, ਜਿਹੜੇ ਕਿ ਮੋਦੀ ਜੀ ਦੇ ਬਹੁਤ ਹੀ ਨਿਕਟ ਨੇ। ਪਿਛਲੇ ਕਾਫੀ ਚਿਰ ਤੋਂ ਅਮਰੀਕਾ ਦੇ ਅੰਬੈਸਡਰ ਸੀਗੇ, ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦਾ ਪਿਛੋਕੜ ਅੰਮ੍ਰਿਤਸਰ ਤੋਂ ਹੀ ਜੁੜਿਆ ਹੋਇਆ, ਜਿਹਨਾਂ ਦਾ ਦਾਦਾ ਜੀ ਤਰਨ ਸਮੁੰਦਰੀ ਸਾਹਿਬ, ਜਿਨ੍ਹਾਂ ਦਾ ਹਾਲ ਦਰਬਾਰ ਸਾਹਿਬ ਦੇ ਨਾਮ 'ਤੇ ਸਮੁੰਦਰੀ ਹਾਲ ਹੈ। ਅੱਜ ਵਾਰਡ ਨੰਬਰ 64 ਦੀ ਜਨਤਾ ਨੇ ਉਹਨਾਂ ਨੂੰ ਪੂਰਨ ਆਸ਼ਵਾਸਨ ਦਿੱਤਾ ਹੈ ਕਿ ਹੁੰਮਾ ਕੇ 1 ਤਰੀਕ ਨੂੰ, 1 ਜੂਨ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਾਏਗਾ। ਔਰ ਅਬਕੀ ਬਾਰ 400 ਪਾਰ ਦਾ ਜੋ ਨਾਰਾ ਹੈ, ਉਸ ਵਿੱਚ ਅੰਮ੍ਰਿਤਸਰ ਨੂੰ ਵੀ ਉਹਨਾਂ ਦੀਆਂ ਐਮ ਪੀ ਪਾਰਲੀਮੈਂਟ ਦੇ ਵਿੱਚ ਸੀਟ ਜਿਤਾ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਈ ਜਾਊਗੀ ਔਰ ਅੰਮ੍ਰਿਤਸਰ ਦਾ ਵਿਕਾਸ ਕਰਾਇਆ ਜਾਊਗਾ। ਧੰਨਵਾਦ। ਤਾਂ ਬੀਜੇਪੀ ਦੀ ਨੇਤਰੀ ਮੀਨੂ ਸਹਿਗਲ ਇੱਥੇ ਨੇ, ਜਿਨ੍ਹਾਂ ਦੀ ਅਗਵਾਈ ਵਿੱਚ ਇੱਕ ਭਰਵੀਂ ਰੈਲੀ ਕੀਤੀ ਗਈ ਹੈ ਔਰ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਇੱਥੇ ਜਿਹੜੀ ਉਹਨਾਂ ਨੇ ਸ਼ਮੂਲੀਅਤ ਕੀਤੀ। ਮੈਮ, ਕੀ ਕਹੋਗੇ? ਅੱਜ ਜੋ ਇਹ ਇਕੱਠ ਹੋਇਆ, ਇਕੱਠ ਕੁਛ ਬਾਹਰ ਦਾ ਨਹੀਂ ਹੈ, ਇਹ ਸਾਰਾ ਵਾਰਡ ਨੰਬਰ 64 ਦਾ, ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ ਔਰ ਮੇਰਾ ਪਰਿਵਾਰ ਹੈ। ਮੈਨੂੰ ਇਹਨਾਂ ਸਾਰਿਆਂ 'ਤੇ ਬਹੁਤ ਮਾਣ ਹੈ ਕਿਉਂਕਿ ਮੈਂ ਦੇਖੋ ਇਹਨਾਂ ਦੇ ਕੰਮ ਕਰਦੀ ਹਾਂ, ਇਹਨਾਂ ਦੇ ਦੁੱਖ ਸੁੱਖ ਜਾਣੀ ਹਾਂ ਅਤੇ ਇਹ ਵੀ ਮੇਰੇ ਦੁੱਖ ਸੁੱਖ ਦੇ ਵਿੱਚ ਮੇਰਾ ਸਾਥ ਦਿੰਦੇ ਨੇ। ਮੈਨੂੰ ਜਦੋਂ ਇਹਨਾਂ ਦੀ ਸਪੋਰਟ ਦੀ ਲੋੜ ਹੁੰਦੀ ਹੈ, ਇਹ ਮੇਰੇ ਨਾਲ ਹੁੰਮਾ ਕੇ ਆਉਂਦੇ ਨੇ, ਇਸ ਕਰਕੇ ਮੈਨੂੰ ਇਹ ਬੇਗਾਨੇ ਨਹੀਂ, ਮੈਨੂੰ ਆਪਣੇ ਲੱਗਦੇ ਆ, ਮੈਨੂੰ ਆਪਣੇ ਬੱਚਿਆਂ ਵਾਂਗੂ ਇਹਨਾਂ ਦੇ ਬੱਚੇ। ਔਰ ਮੈਂ ਇਹਨਾਂ ਦੇ ਘਰ ਅੱਜ ਵੀ, ਮੈਂ ਸਵੇਰ ਦੀ ਇੱਥੇ ਆਈ ਹਾਂ, ਮੈਂ ਕਿਸੇ ਦੇ ਘਰ ਖਾਣਾ ਖਾਇਆ, ਕਿਸੇ ਦੇ ਘਰ ਅੱਜ ਨਾਸ਼ਤਾ ਕੀਤਾ, ਕਿਸੇ ਦੇ ਘਰ ਦੁਪਹਿਰੇ ਖਾਣਾ ਖਾਇਆ, ਅੱਜ ਫਿਰ ਚਾਏ ਪੀਤੀ। ਮਤਲਬ ਮੈਨੂੰ ਨਹੀਂ ਲੱਗਦਾ ਕਿ ਇਹ ਬਾਹਰ ਦੇ ਲੋਕ ਹੈ, ਮੈਨੂੰ ਮੇਰਾ ਪਰਿਵਾਰ ਲੱਗਦਾ। ਇਲੈਕਸ਼ਨ 'ਚ ਕਿਸ ਤਰ੍ਹਾਂ ਦੀ ਭੂਮਿਕਾ ਰਹਿਣ ਵਾਲੀ ਮਹਿਲਾਵਾਂ ਦੀ?
ਮਹਿਲਾਵਾਂ ਦੀ ਅਹਿਮ ਭੂਮਿਕਾ ਰਹਿਣ ਵਾਲੀ ਹੈ। ਮਹਿਲਾਵਾਂ ਸਭ ਤੋਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ, ਕਿਉਂਕਿ ਜੋ ਵੀ ਕੰਮ ਮਹਿਲਾਵਾਂ ਵਾਸਤੇ ਕੀਤੇ ਉਹ ਮੋਦੀ ਸਾਹਿਬ ਨੇ ਕੀਤੇ ਹੈ। ਮਹਿਲਾਵਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਮਹਿਲਾਵਾਂ ਦੀ ਕੁਛ ਨੇ 2 ਸਾਲ ਹੋ ਗਏ, 1000-1000 ਰੁਪਏ ਦੀ ਗੱਲ ਸਰਕਾਰ ਨੇ ਕੀਤੀ ਸੀ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਦੇਖ ਹੀ ਰਹੇ ਹੋ, 2 ਸਾਲ ਦੇ ਝੂਠੇ ਵਾਅਦੇ, ਝੂਠੇ ਲੁਭਾਵਣੇ ਵਾਅਦੇ ਕਰਕੇ ਲੋਕਾਂ ਨੂੰ ਪਾਗਲ ਤੇ ਬਣਾ ਲਿਆ, ਅਸ਼ਦਾਈ ਬਣਾ ਲਿਆ, ਝਾੜੂ ਫਿਰ ਗਿਆ, ਇੱਕਦਮ ਵੋਟਾਂ ਪੈ ਗਈਆਂ, ਉਹ ਰਾਜੇ ਬਣ ਗਏ ਤੇ ਜਨਤਾ ਉੱਥੇ ਦੀ ਉੱਥੇ ਤਰਾਹੀ ਤਰਾਹੀ ਕਰ ਰਹੀ ਹੈ। ਨਾ ਇਹਨਾਂ ਨੂੰ ਕੋਈ 1000 ਰੁਪਇਆ ਦਿੱਤਾ, ਨੀਲੇ ਕਾਰਡ ਜਿਹੜੇ ਬਣੇ ਸੀ ਉਹਨਾਂ ਦੇ ਕੱਟੇ ਗਏ ਨੇ, ਨਸ਼ਾ ਇੰਨਾ ਵੱਧ ਗਿਆ ਇਹਨਾਂ ਦੇ, ਬੱਚੇ ਵਿਚਾਰੇ ਨਸ਼ਿਆਂ ਨਾਲ ਜੂਝ ਰਹੇ ਨੇ, ਲੁੱਟ ਖਸੁੱਟ ਇੰਨੀ ਵੱਧ ਗਈ ਹੈ, ਚੋਰੀ ਡਕੈਤੀ ਇੰਨੀ ਜ਼ਿਆਦਾ ਹੋ ਗਈ ਹੈ, ਮਤਲਬ ਇੰਨਾ ਕੁਛ ਝਾੜੂ ਦੀ ਸਰਕਾਰ ਨੇ ਕਦੀ ਇਹੋ ਜਿਹੀ ਸਰਕਾਰ ਨੇ ਨਹੀਂ ਸੀ ਕੀਤਾ ਜੋ ਝਾੜੂ ਦੀ ਸਰਕਾਰ ਹੁਣ ਕਰ ਰਹੀ ਹੈ। ਮਹਿਲਾਵਾਂ ਦਾ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਵੋਟਾਂ ਦੇ ਵਿੱਚ ਇਹੀ ਕਾਰਨ ਹੈ ਕਿ ਉਹ ਚਾਹੁੰਦੀਆਂ ਨੇ ਕਿ ਬਦਲਾਅ ਫਿਰ ਤੋਂ ਅੱਛੀ ਤਰ੍ਹਾਂ। ਕਿਸ ਤਰ੍ਹਾਂ ਦੇਖਦੇ ਹੋ 5 ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਦੁਬਾਰਾ ਬਣੇਗਾ ਕਿ ਇੱਦਾਂ ਨਸ਼ੇ 'ਚ ਲੋਕ ਬਣੇਗਾ? ਜ਼ਰੂਰ ਬਣੇਗਾ, ਉਮੀਦ ਪੇ ਦੁਨੀਆ ਕਾਇਮ ਹੈ ਔਰ ਹਮਾਰੀ ਮਹਿਲਾਓਂ ਕੀ ਉਮੀਦੇ ਹਮ ਸਭ ਪਰ। ਬਿਲਕੁਲ ਜੀ, ਮੈਨੂੰ ਸਹਿਗਲ ਜਿਨ੍ਹਾਂ ਦੀ ਅਗਵਾਈ ਵਿੱਚ ਇੱਥੇ ਭਰਵੀਂ ਰੈਲੀ ਕੀਤੀ ਗਈ ਹੈ ਔਰ ਆਖਣਾ ਇਸ ਵਾਰ ਇਲੈਕਸ਼ਨ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਰਹਿਣ ਵਾਲੀ ਹੈ ਔਰ 2024 ਦੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਨੇ ਉਹਦੇ ਤਹਿਤ ਲਗਾਤਾਰ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਨੇ ਅਤੇ ਉਹਨਾਂ ਨੂੰ ਇਸ ਮੁਹਿੰਮ ਵਿੱਚ ਭਰਵਾਂ ਹੁੰਗਾਰਾ ਮਿਲਦਾ ਹੋਇਆ ਵਿਖਾਈ ਦੇ ਰਿਹਾ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।